ਸੋ ਨੈਕਸਟ ਆਪਣੇ ਕੋਲ 14th ਕੁਐਸਚਨ ਹੈ ਇਸ ਤੋਂ ਪਹਿਲਾਂ ਜਿਹੜੀਆਂ ਆਪਾਂ 13 ਕੁਐਸਚਨਸ ਦੀਆਂ ਦੋ ਲਾਈਵ ਸਟ੍ਰੀਮਸ ਕੀਤੀਆਂ ਨੇ ਉਹ ਤੁਸੀਂ ਦੇਖ ਲਈਆਂ ਹੋਣਗੀਆਂ ਕਿਉਂਕਿ ਜਿਹੜੀ ਫਰਸਟ ਵੀਡੀਓ ਸੀ ਉਸ ਦੇ ਵਿੱਚ ਬਹੁਤ ਬੇਸਿਕਸ ਤੋਂ ਦੱਸਿਆ ਗਿਆ ਸੀ ਸੋ 14th ਕੁਐਸਚਨ ਨੂੰ ਆਪਾਂ ਸਟਾਰਟ ਕਰਦੇ ਹਾਂ 1.2 ਮੀਟਰ ਟਾਲ ਗਰਲ ਸਪੋਰਟਸ ਆਫ ਬੈਲੂਨ ਮੂਵਿੰਗ ਵਿਦ ਦਾ wind ਇਨ ਅ ਹਾਰਾਈਜ਼ਨਟਲ ਲਾਈਨ ਓਕੇ ਐਟ ਹਾਈਟ ਆਫ 88.2 ਮੀਟਰ ਫਰੋਮ ਦਾ ਗਰਾਉਂਡ ਤਾਂ ਬੇਟੇ ਇੱਥੇ ਮੰਨ ਲਓ ਕੋਈ ਬੈਲੂਨ ਆ ਸਪੋਜ਼ ਕਰ ਲਓ ਵੀ ਆ ਕੋਈ ਬੈਲੂਨ ਜਾ ਰਿਹਾ ਹੈ ਹਰੀਜ਼ਨਟਲ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈ ਪਹਿਲਾਂ ਇੱਥੇ ਸੀ ਕੁਝ ਸਮੇਂ ਬਾਅਦ ਇੱਥੇ ਪਹੁੰਚ ਗਿਆ ਠੀਕ ਹੈ ਇਹ ਜਿਹੜਾ ਗਰਾਉਂਡ ਲੈਵਲ ਤੋਂ ਆ ਗਰਾਉਂਡ ਲੈਵਲ ਤੋਂ ਕਿੰਨਾ ਉੱਚੇ ਉੱਡ ਰਿਹਾ ਹੈ ਇੱਕੀ ਬੈਲੂਨ ਆ ਦੋਣਾ ਸਮਝਿਓ ਠੀਕ ਹੈ ਪਹਿਲਾਂ ਇੱਥੇ ਸੀ ਕੁਝ ਸਮੇਂ ਬਾਅਦ ਉੱਥੇ ਪਹੁੰਚ ਗਿਆ ਇਸ ਤਰੀਕੇ ਮੂਵ ਕਰ ਰਿਹਾ ਹੈ ਗਰਾਉਂਡ ਲੈਵਲ ਤੋਂ ਬਿਟੇ 88.2 ਮੀਟਰ ਉੱਚਾ ਸੋ ਮੈਂ ਇੱਥੇ ਲਿਖ ਦਿੰਦਾ 88.2 ਮੀਟਰ ਓਕੇ ਇੱਕ 1.2 ਮੀਟਰ ਟਾਲ ਗਰਲ ਆ ਤਾਂ ਆਪਾਂ ਪਹਿਲਾਂ ਤਾਂ ਇੱਥੇ ਗਰਾਊਂਡ ਲੈਵਲ ਬਣਾ ਲਈਏ ਸੋ ਆ ਮੰਨ ਲਓ ਗਰਾਊਂਡ ਲੈਵਲ ਹੈ ਸੋ ਸਿੱਧੀ ਲਾਈਨ ਬਣਾਉਣੀ ਆ ਬੇਟੇ ਸੋ ਇੱਥੇ ਮੇਰੇ ਕੋਲੇ ਇੱਕ ਬੱਚੀ ਹੈ ਜਿਹੜੀ ਕਿ ਦੇਖ ਰਹੀ ਆ ਉਸ ਬੈਲੂਨ ਠੀਕ ਹੈ ਧਿਆਨ ਨਾਲ ਦੇਖਣਾ ਲਓ ਜੀ ਸੋ ਉਸ ਬੈਲੂਨ ਨੂੰ ਦੇਖ ਰਹੀ ਹੈ ਪਹਿਲਾਂ ਤਾਂ ਬੈਲੂਨ ਸੀਗਾ ਇਸ ਜਗ੍ਹਾ ਤੇ ਠੀਕ ਹੈ ਜੀ ਆਫਟਰ ਥੈਟ ਕੁਝ ਸਮੇਂ ਬਾਅਦ ਬੈਲੂਨ ਹੋ ਗਿਆ ਇਸ ਜਗ੍ਹਾ ਤੇ ਓਕੇ ਜੀ ਸੋ ਆਪਾਂ ਨੇ ਉਹਨਾਂ ਨੇ ਕਿਹਾ ਜਿਹੜਾ ਐਂਗਲ ਆਫ ਐਲੀਵੇਸ਼ਨ ਆਫ ਦਾ ਬੈਲੂਨ ਫਰੋਮ ਆਈਜ਼ ਆਫ ਦਾ ਗਰਲ ਐਟ ਇਨਸਟੈਂਟ ਇਜ਼ 60 ਡਿਗਰੀ ਪਹਿਲਾਂ ਬੱਚੇ ਐਂਗਲ ਕਿੰਨਾ ਸੀਗਾ 60 ਡਿਗਰੀ ਆਫਟਰ ਥੈਟ ਕੁਝ ਸਮੇਂ ਬਾਅਦ ਐਂਗਲ ਕਿੰਨਾ ਹੋ ਗਿਆ ਉਹ ਕਹਿੰਦੇ ਜਿਵੇਂ ਜਿਵੇਂ ਬੈਲੂਨ ਪਰ੍ਹਾਂ ਨੂੰ ਚਾਈ ਗਿਆ ਐਂਗਲ ਕਿੰਨਾ ਹੋ ਗਿਆ 30 ਡਿਗਰੀ ਸੋ ਜਿਹੜਾ ਇਹ ਐਂਗਲ ਸੀ ਫਿਰ ਕਿੰਨਾ ਹੋ ਗਿਆ 30 ਡਿਗਰੀ ਤਾਂ ਆਪਾਂ ਕੀ ਕਰਦੇ ਆ ਪਹਿਲਾਂ ਇਹਦੀਆਂ ਆਈਜ਼ ਤੋਂ ਇੱਕ ਹਾਰੀਜ਼ਨਟਲ ਲਾਈਨ ਬਣਾਉਣੀ ਹੈ ਆਪਾਂ ਕਿਹਾ ਸੀ ਸਟਾਰਟਿੰਗ ਬੇਸਿਕਸ ਦੇ ਵਿੱਚ ਵੀ ਵੀ ਹਾਰੀਜ਼ਨਟਲ ਬਹੁਤ ਜ਼ਰੂਰੀ ਹੈ ਤਾਂ ਬੇਟੇ ਜਿਹੜਾ ਪਹਿਲਾ ਐਂਗਲ ਸੀ ਜਾਨਕੀ ਆਹ ਵਾਲਾ ਇਹ ਸੀਗਾ 60 ਡਿਗਰੀ ਸੋ ਮੈਂ ਇੱਥੇ ਲਿਖ ਦਿੰਦਾ ਇਹ ਐਂਗਲ ਕਿੰਨਾ ਸੀ ਆਪਣਾ 60 ਡਿਗਰੀ ਜਿਹੜਾ ਹੁਣ ਐਂਗਲ ਹੈ ਇੰਨਾ ਨਿੱਕੇ ਵਾਲਾ ਠੀਕ ਹੈ ਇਹ ਕਿੰਨਾ ਆਪਣੇ ਕੋਲੇ 30 ਡਿਗਰੀ ਕਲੀਅਰ ਹੈ ਵੱਡਾ ਐਂਗਲ ਹੈਗਾ 60 ਡਿਗਰੀ ਛੋਟਾ ਕਿੰਨਾ ਬੇਟੇ 30 ਡਿਗਰੀ ਫਰਦਰ ਆਪਾਂ ਨੂੰ ਉਹਨਾਂ ਨੇ ਕੀ ਕਿਹਾ ਕਹਿੰਦਾ ਫਾਈਂਡ ਦਾ ਡਿਸਟੈਂਸ ਟਰੈਵਲਡ ਬਾਈ ਬੈਲੂਨ ਸੋ ਬਲੂਨ ਨੇ ਰਜੇ ਕਿੰਨਾ ਡਿਸਟੈਂਸ ਟਰੈਵਲ ਕੀਤਾ ਯਾਨੀ ਕਿ ਇੱਥੋਂ ਲੈ ਕੇ ਇੱਥੋਂ ਤੱਕ ਦਾ ਸੋ ਕਿੰਨਾ ਡਿਸਟੈਂਸ ਟਰੈਵਲ ਕੀਤਾ ਤਾਂ ਆਪਾਂ ਨੀਚੋਂ ਵੀ ਇਹੀ ਦੱਸ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਨਾਮ ਦਿੰਨੇ ਆ A S ਪੁਆਇੰਟ ਨੂੰ no, B ਦਾ ਨਾਮ ਦੇ ਦਿੰਨੇ ਆ C ਦਾ ਨਾਮ D ਦਾ ਨਾਮ E ਲੋ ਬਈ ਤਾਂ ਤੁਹਾਨੂੰ ਦੋ ਟ੍ਰੈਂਗਲ ਖਾਸ ਤੌਰ ਤੇ ਨਜ਼ਰ ਆ ਰਹੇ ਹੋਣਗੇ ਪਹਿਲਾ ਟ੍ਰੈਂਗਲ ਮੈਂ ਟੋਟਲੀ ਵਾਈਟ ਕਰ ਦਿੰਨਾ ਦੇਖੋ ਆ ਵਾਲਾ ਬਿٹے ਦਿਖਾਈ ਦੇ ਰਿਹਾ ਪਹਿਲਾ ਟ੍ਰੈਂਗਲ ਧਿਆਨ ਨਾਲ ਦੇਖਿਓ ਦੂਸਰਾ ਟ੍ਰਾਇੰਗਲ ਆਪਾਂ ਟੋਟਲੀ yellow ਕਰ ਦਿੰਨੇ ਆ ਲਓ ਜੀ ਆਹ ਵਾਲਾ ਲਓ ਬੱਚੇ ਸੋ ਜਿਹਦੇ ਨਾਲ ਤੁਹਾਡਾ ਕੁਐਸਚਨ ਬਹੁਤ ਸੌਖਾ ਹੋ ਜਾਊਗਾ ਇੱਕ ਗੱਲ ਭੁੱਲਣੀ ਨਹੀਂ ਵੀ ਜਿਹੜਾ ਐਂਗਲ ਆ ਉਹ ਹਮੇਸ਼ਾ ਅੱਖਾਂ 'ਚੋਂ ਬਣਦਾ ਹੈ ਹਨਾ ਬੱਚੀ ਦੀਆਂ ਅੱਖਾਂ 'ਚੋਂ ਐਂਗਲ ਬਣ ਰਿਹਾ ਹੈ ਦੈਟ ਮੀਨ ਜਿਹੜਾ ਨੀਚੇ ਵਾਲਾ ਹਿੱਸਾ ਆਪਾਂ ਪਹਿਲਾਂ ਵੀ ਇਦਾਂ ਦਾ ਕੁਐਸਚਨ ਕੀਤਾ ਉਹ ਤਾਂ ਆਪਾਂ ਮਾਈਨਸ ਹੀ ਕਰ ਦੇਾਂਗੇ ਸੋ ਪੂਰੀ ਹਾਈਟ ਸੀਗੀ ਇਹ 88.2 ਇਦੇ ਚੋਂ 1.2 ਕਰਦੇ ਆਂਗੇ ਆਪਾਂ ਮਾਈਨਸ ਤਾਂ ਅੰਦਰਲੀ ਹਾਈਟ ਆਪਣੇ ਕੋਲੇ ਜਾਨਕੀ ਸੀਡੀ ਮੈਂ ਇੱਥੇ ਲਿਖ ਦਿੰਦਾ ਸੀਡੀ ਇਕਵਲਸ ਟੂ ਚਾਹੇ ਤੁਸੀਂ ਰੱਖ ਲੋ ਇਹਨੂੰ EB CD ਇਕਵਲਸ ਟੂ EB ਕਿੰਨੀ ਰਹਗੀ ਬੇਟੇ 88.2 ਦੇ ਵਿੱਚੋਂ 1.2 ਹੋਗੀ ਮਾਈਨਸ ਸੋ ਕਿੰਨੀ ਬਚੀ ਆਪਣੇ ਕੋਲੇ ਇਹ ਬਚ ਗਈ ਜੀ 2 ਸਿੱਧਾ ਗਿਆ ਐਂਡ ਇਹ ਬਚ ਗਈ 87 ਮੀਟਰ ਠੀਕ ਹੈ ਬੇਟੇ ਸੋ so, 87 ਮੀਟਰ ਹੁਣ ਆਪਣੇ ਕੋਲੇ ਪਰਪੈਂਡੀਕੂਲਰ ਆ ਜਿਹੜਾ ਆਪਾਂ ਯੂਜ਼ ਕਰਨਾ ਆਹ ਵਾਲਾ ਸੋ ਆ ਕਿੰਨਾ ਆਪਣੇ ਕੋਲੇ 87 ਸੇਮ ਆਹ ਓਕੇ ਬਈ ਸੋ ਹੁਣ ਆਪਾਂ ਸਟਾਰਟ ਕਰਦੇ ਆਂ ਪਹਿਲੇ ਵਾਈਟ ਟ੍ਰਾਇੰਗਲ ਚ ਲਗਾਉਨੇ ਆ ਵਾਈਟ ਟ੍ਰਾਇੰਗਲ ਦਾ ਨਾਮ ਕੀ ਹੈ ਇਨ ਟ੍ਰਾਇੰਗਲ E E B A ਲੋ ਬਈ E B A ਦੇ ਵਿੱਚ ਲਗਾਇਆ ਟੈਨ ਕਿੰਨਾ ਬੇਟੇ ਐਂਗਲ ਕਿੰਨਾ ਇਸ ਦਾ ਵਾਈਟ ਟ੍ਰਾਇੰਗਲ ਦਾ ਆਪਣੇ ਕੋਲੇ ਐਂਗਲ ਹੈਗਾ ਆਹ ਵਾਹ ਦੇਖੋ 60 ਡਿਗਰੀ ਸੋ ਬੇਟੇ tan 60 ਡਿਗਰੀ ਇਕਵਲਸ ਟੂ ਪਰਪੈਂਡੀਕੂਲਰ ਕਿੰਨਾ ਆਪਣੇ ਕੋਲੇ ਤੇ ਬੇਸ ਕਿੰਨਾ ਤਾਂ ਬੇਟੇ tan 60 ਦੀ ਵੈਲਿਊ √3 ਪਰਪੈਂਡੀਕੂਲਰ ਕਿੰਨਾ ਦਿੱਤਾ ਹੋਇਆ ਪਰਪੈਂਡੀਕੂਲਰ ਹੈਗਾ ਆਪਣੇ ਕੋਲੇ EB EB ਦੀ ਤਾਂ ਆਪਾਂ ਨੂੰ ਵੈਲਿਊ ਪਤਾ ਹੈ ਕਿੰਨੀ ਬੇਟੇ 87 ਸੋ ਪਰਪੈਂਡੀਕੂਲਰ ਹੈਗਾ 87 ਬੇਸ ਆਪਾਂ ਨੂੰ ਨਹੀਂ ਪਤਾ ਸੋ ਬੱਚੇ ਮੇਰੇ ਕੋਲੇ ਬੇਸ ਦੀ ਵੈਲਿਊ ਕਿੰਨੀ ਆ ਗਈ ਬੇਸ C ਕਿੰਨਾ ਵੈਸੇ BA ਲੋ ਬਈ ਸੋ BA ਦੀ ਵੈਲਿਊ ਬੇਟੇ ਆਪਣੇ ਕੋਲੇ ਕਿੰਨੀ ਆ ਜੂਗੀ 87 √3 ਨਾਲ ਦੀ ਨਾਲ ਰੈਸ਼ੀਨਲਾਈਜ਼ ਕਰ ਲਾਂਗੇ √3 ਉੱਪਰ ਵੀ ਲਾਤਾ نیچے ਵੀ ਲਾਤਾ ਸੋ ਆਪਣੇ ਕੋਲੇ BA ਦੀ ਵੈਲਿਊ ਬਣ ਗਈ 87 √3 3 ਸੋ ਬੱਚੇ BA ਦੀ ਵੈਲਿਊ ਆਪਣੇ ਕੋਲੇ ਕਟਿੰਗ ਹੋ ਕੇ ਕਿੰਨੀ ਆ ਗਈ BA ਦੀ ਵੈਲਿਊ ਆ ਗਈ ਸਰ 29 √3 ਮੀਟਰ ਕਲੀਅਰ ਹੈ ਲੋ ਜੀ ਇਹ ਆ ਗਈ ਆਪਣੀ ਵੈਲਿਊ BA ਦੀ ਠੀਕ ਹੈ ਸੋ ਆਪਾਂ ਇੱਥੇ ਲਿਖ ਦਿੰਨੇ ਆ 29 √3 ਮੀਟਰ ਫਰਦਰ ਆਪਾਂ ਕੀ ਕਰਨਾ ਕਿਉਂਕਿ ਆਪਾਂ ਪੂਰਾ ਆਹ ਵਾਲਾ ਡਿਸਟੈਂਸ ਕੱਢਣਾ ਹੈ ਫਾਈਂਡ ਆਊਟ ਆਪਾਂ ਕੀ ਕਰਨਾ BC ਸੋ ਮੈਂ ਇੱਥੇ ਲਿਖ ਵੀ ਦਿੰਨਾ ਵੀ ਹੈਵ ਟੂ ਫਾਈਂਡ BC ਠੀਕ ਹੈ ਲੋ ਬੱਚੇ ਸੋ ਫਰਦਰ ਆਪਾਂ ਕਿਹੜੇ ਟ੍ਰਾਇੰਗਲ ਚ ਲਾਈਏ ਦੂਸਰੇ ਚ ਦੂਸਰੇ ਟ੍ਰਾਇੰਗਲ ਦਾ ਨਾਮ ਕੀ ਹੈ ਲਿਖਾਇਓ ਇੱਥੇ ਮਾੜਾ ਜਿਹਾ ਮੈਨੂੰ ਇਨ ਟ੍ਰਾਇੰਗਲ ਕੀ ਨਾਮ ਆ ਬੱਚੇ ਉੱਪਰਲੇ ਉੱਪਰਲੇ ਦਾ DCA ਨੀਚਲਾ ਹਿੱਸਾ ਤਾਂ ਨਗਲੈਕਟ ਹੀ ਕਰਨਾ ਪਊ ਕਿਉਂਕਿ ਥੱਲੇੋਂ ਤਾਂ ਉਹਦੇ ਐਂਗਲ ਹੀ ਨਹੀਂ ਬਣ ਰਿਆ ਅੱਖਾਂ 'ਚੋਂ ਮੰਨ। ਸੋ ਬੇਟੇ D C E tan ਕਿੰਨਾ ਐਂਗਲ ਆ ਬੇਟੇ ਹੁਣ yellow ਵਾਲੇ ਟ੍ਰੈਂਗਲ 'ਚ 30 ਡਿਗਰੀ tan 30 ਡਿਗਰੀ ਪਰਪੈਂਡੀਕੂਲਰ ਕਿੰਨਾ ਹੈ D C ਜਾਂ C D ਹੈ ਕਿੰਨਾ ਬੇਟੇ ਉਹ ਬੇਸ ਕਿੰਨਾ ਹੈ ਬੇਸ ਹੈਗਾ ਆਪਣੇ ਕੋਲੇ C E ਲਓ ਭਾਈ ਸੋ ਆਪਣੇ ਕੋਲੇ tan 30 ਦੀ ਵੈਲਿਊ 1 √3 CD ਦੀ ਵੈਲਿਊ ਪਤਾ ਹੀ ਸੀ ਕਿੰਨੀ ਹੈ 87 CA ਦੀ ਵੈਲਿਊ ਬੇਟੇ ਪੂਰਾ CA ਓਬਵੀਅਸਲੀ ਕੀ ਹੋਊਗਾ ਚਾਹੇ ਇਹਨੂੰ x ਡਿਸਟੈਂਸ ਕਹਿ ਲੋ ਜਿਹੜਾ ਆਪਾਂ ਫਾਈਂਡ ਆਊਟ ਕਰਨਾ ਸੀ ਕੀ ਕਹੇਤਾ x ਸੋ 29√3 x ਪੂਰਾ 29√3 x ਤਾਂ ਬੇਟੇ ਕ੍ਰਾਸ ਮਲਟੀਪਲਾਈ ਕੀਤਾ 29√3 x ਕਿਹਦੇ ਕੋਲ ਜਾਵੜਿਆ 87√3 ਦੇ ਹੁਣ ਆਉ ਦਰਜਾ ਕਿ ਮਾਈਨਸ ਹੋ ਗਿਆ x ਦੀ ਵੈਲਿਊ ਕਿੰਨੀ ਆ ਗਈ 87 √3 29 √3 ਸੋ ਇਹਨਾਂ ਦੀ ਮਾਈਨਸ ਕਰ ਦਿੰਨੇ ਆ ਬਟੇ 87 ਦੇ ਵਿੱਚੋਂ 29 ਗਿਆ ਤਾਂ ਆਬੀਅਸਲੀ ਕਿੰਨਾ ਬਣ ਗਿਆ 58 ਸੋ so, 58 √3 ਤੁਹਾਡਾ ਰਿਕੁਆਇਰਡ ਆਨਸਰ ਹੋਣਾ ਚਾਹੀਦਾ ਵੀ ਜਿਹੜਾ ਬੈਲੂਨ ਮੂਵ ਹੋਇਆ ਪਹਿਲਾਂ ਉਹ ਕਿੰਨਾ ਮੂਵ ਹੋਇਆ ਰਜੇ 87 √3 ਆ ਸੌਰੀ ਕਿੰਨਾ 58√3 ਠੀਕ ਹੈ ਸੋ ਆਪਾਂ ਇੱਥੇ ਲਿਖ ਦਿੰਨੀ ਆ 58√3 ਦਿਸ ਇਅਰ ਰਿਕੁਆਇਰਡ ਆਨਸਰ ਆਫ ਕੁਐਸਚਨ 14